أعوذ بالله من الشيطان الرجيم. سبحان الله. بسم الله الرحمن الرحيم. على جبل لرأيته خاشعا متصدعا وتلك الأمثال نضربها للناس لعلهم يتفكرون. ما شاء الله. لو أنزلنا هذا القرآن على جبل لرأيته خاشعا متصدعا. ما شاء الله. خاشعا متصديا من خشية الله. ما شاء الله. ما شاء الله. وتلك الأمثال نضربها والله الذي لا إله إلا هو عالم الغيب والشهادة هو
هو الله الذي لا إله إلا هو. ما شاء الله. الملك القدوس السلام المؤمن المهيمن العزيز الجبار المتكبر. ما شاء الله. سبحان الله يسبح له ما في السماوات والأرض وهو العزيز الحكيم. صدق الله العظيم. نعرة تكبير، رسالت. اے سامنے جڑے بچے کھیڑ دینے پہ انہاں نوں اگے لے آؤ بڑی مہربانی پھڑ تڑ کے، تاکہ محفل دا ماحول ہے جڑا اے دے اندر انتشار نہیں ہونا چاہیے، شور شرابہ نہیں ہونا چاہیے. محفل پاک دے پورے آداب نوں ملحوظ خاطر رکھ کے اے جڑے سیانے بندے کھلو رہا ہے، او سامنے بڑی مہربانی تواڈے اگے بھی گزارش ہے کہ ایتھے محفل دے وچ تشریف لیاؤ. ਬੜੀ ਮਿਹਰਬਾਨੀ ਇਹ ਜਿਹੜੇ ਨਾ ਸ਼ਰੀਫ ਪੜ੍ਹਦੇ ਨੇ ਪੈ ਜਾਂ ਤਿਲਾਵਤ ਕਰਦੇ ਨੇ ਪੈ, ਇਹ ਤੁਹਾਡੇ ਆਪਣੇ ਬੱਚੇ ਨੇ, ਇਹ ਤੁਹਾਡੇ ਆਪਣੇ ਮੁਹੱਲੇ ਦੇ ਅਫਰਾਦ ਨੇ. ਇਹਨਾਂ ਦੀ ਹੌਸਲਾ ਅਫਜ਼ਾਈ ਕਰਨਾ, ਇਹਨਾਂ ਦੀ ਗੱਲਬਾਤ ਨੂੰ ਸੁਣਨਾ, ਇਹਨਾਂ ਦੀ ਤਿਲਾਵਤ ਨੂੰ ਸੁਣਨਾ, ਇਹਨਾਂ ਦੀ ਨਾਤ ਪਾਕ ਨੂੰ ਸੁਣਨਾ, ਇਹ ਤੁਹਾਡੀ ਸਾਰਿਆਂ ਦੀ ਜ਼ਿੰਮੇਦਾਰੀ ਹੈ. ਔਰ ਇਸ ਚੀਜ਼ ਦਾ ਤੁਹਾਨੂੰ ਸਭ ਨੂੰ ਅਹਿਸਾਸ ਹੋਣਾ ਚਾਹੀਦਾ ਹੈ. ਕੋਈ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਬਾਹਰੋਂ ਆ ਕੇ ਤੇ ਤੁਹਾਨੂੰ ਗੱਲ ਸੁਣਾਏਗਾ ਫਿਰ ਹੀ ਤੁਸੀਂ ਸੁਣਨੀ ਹੈ ਅਤੇ ਉਦੋਂ ਹੀ ਤੁਸੀਂ ਮਹਿਫਲ ਜਾਣਾ, ਨਹੀਂ ਤਾਂ ਉਸ ਤੋਂ ਪਹਿਲਾਂ ਤੁਸੀਂ ਖੇਡਦਿਆਂ ਰਹਿਣਾ. ਇਹ ਬੜੀ ਮਿਹਰਬਾਨੀ ਹੈ. ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਹੈ, ਸਾਰੇ ਅਹਿਬਾਬ ਇੱਥੋਂ ਮੈਨੂੰ ਨਜ਼ਰ ਆ ਰਹੇ ਨੇ ਕਿ ਜਿਹੜੇ ਭਰਾਵਾਂ ਕੋਲ ਬਹਿ ਰਹੇ ਨੇ, ਬੜੀ ਮਿਹਰਬਾਨੀ, ਇੱਥੇ ਮਹਿਫਲ ਦੇ ਵਿੱਚ ਤਸ਼ਰੀਫ ਲਿਆਓ, ਤਾਂ ਕਿ ਅਜਰ ਅਤੇ ਸਵਾਬ ਮਹਿਫਲ ਦੇ ਵਿੱਚ ਬਹਿਣ ਦਾ ਜਿਹੜਾ ਮਿਲਣਾ ਉਹ ਅੱਲਾਹ ਪਾਕ ਤੁਹਾਨੂੰ ਵੀ ਅਤਾ ਫਰਮਾਏ ਅਤੇ ਸਾਨੂੰ ਵੀ ਸਾਰਿਆਂ ਨੂੰ ਅਤਾ ਫਰਮਾਏ. ਹੁਣ ਤੁਹਾਡੇ ਸਾਹਮਣੇ ਨਾ ਸ਼ਰੀਫ ਦੇ ਵਾਸਤੇ ਜ਼ੀਨਤੁਲ ਹੁਫਾਜ਼ ਜਨਾਬ ਹਾਫਿਜ਼ ਮੁਹੰਮਦ ਸਲਮਾਨ ਸਈਦ ਮੁਸਤਫਾਈ ਸਾਹਿਬ ਤਸ਼ਰੀਫ ਲਿਆਉਂਦੇ ਨੇ ਔਰ ਨਾ ਸ਼ਰੀਫ ਦਾ ਨਜ਼ਰਾਨਾ ਪੇਸ਼ ਕਰਦੇ ਨੇ. ਉਹਨਾਂ ਦੀ ਆਮਦ ਤੋਂ ਪਹਿਲੇ ਇੱਕ ਪੁਰਜ਼ੋਕ ਨਾਰਾ ਲਗਾਓ, ਨਾਰਾ ਤਕਬੀਰ. ਇੰਜ ਨਹੀਂ, ਪੂਰੀ ਹਿੰਮਤ ਨਾਲ ਨਾਰਾ, ਨਾਰਾ ਰਿਸਾਲਤ, ਨਾਰਾ ਤਹਿਕੀਕ, ਨਾਰਾ ਹੈਦਰੀ, ਜਸ਼ਨ ਈਦ ਮਿਲਾਦੁਨ ਨਬੀ. ਮਾਸ਼ਾ